ਕਿ ਉਹ ਇੱਟਾਂ ਤਕਰੀਬਨ ਕਮ ਸੇ ਕਮ ਨਾ ਤੁਸੀਂ ਯਕੀਨ ਕਰੋ ਕੋਈ ਕਮ ਸੇ ਕਮ 50-60 ਇੱਟਾਂ ਇੱਕਦਮ ਐਨੀ ਟਾਈਮ ਕੋਈ 7-8 ਬਾਲੇ ਟੁੱਟ ਗਏ ਅਤੇ ਕੋਈ 50 ਇੱਟਾਂ ਸਿੱਧੀਆਂ ਮੇਰੇ ਉੱਤੇ ਆ ਕੇ ਡਿੱਗੀਆਂ ਅਤੇ ਮੈਂ ਥੱਲੇ ਲੇਟਿਆ ਮੈਟਰਸ ਦੇ ਉੱਤੇ। ਹੋਸਪਿਟਲ ਆ ਮੇਰੇ ਸਿਰ 'ਤੇ ਟਾਂਕੇ ਵਗੈਰਾ ਲੱਗੇ, ਮੇਰੀ ਪਸਲੀ ਇੱਥੋਂ ਫ੍ਰੈਕਚਰ ਹੋ ਗਈ। ਹਾਂਜੀ, ਇਹ ਵਾਲੀ ਮੇਰੀ ਪਸਲੀ ਫ੍ਰੈਕਚਰ ਹੋ ਗਈ, ਮੇਰਾ ਬਾਜ਼ੂ ਟੁੱਟ ਗਿਆ ਸਰ, ਇਹ ਮੇਰੀ ਹੱਡੀ ਉਦੋਂ ਦੀ ਬਾਹਰ ਹੈ। ਹਾਂਜੀ, ਇਹ ਮੇਰਾ ਬਾਜ਼ੂ ਟੁੱਟ ਗਿਆ, 2 ਮਹੀਨੇ ਮੈਂ ਬਾਜ਼ੂ ਦੀ ਵਜ੍ਹਾ ਤੋਂ ਕੰਮ ਨਹੀਂ ਕੀਤਾ, ਮੇਰੀ ਸਾਰੀ ਜਗ੍ਹਾ 'ਤੇ ਸੱਟਾਂ ਸੁੱਟਾਂ ਲੱਗੀਆਂ ਇੱਟਾਂ ਦੀ ਵਜ੍ਹਾ ਤੋਂ ਨਾ ਜੀ, ਸਾਰਾ ਮੇਰੇ ਇੱਟਾਂ ਦੀ ਵਜ੍ਹਾ ਤੋਂ ਛਿੱਲਿਆ ਗਿਆ ਮਾਸ। ਬਿਸਮਿਲ੍ਲਾ ਰਹਿਮਾਨ ਰਹੀਮ, ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ABAG TV ਦੀ ਤਰਫੋਂ। ਅਸੀਂ ਅਲਹਮਦੁਲਿਲਾ ਖਰੀਅਤ ਨਾਲ ਉਹਨੂੰ ਤੁਹਾਡੀ ਖਰੀਅਤ ਵਾਸਤੇ ਖੁਦਾਵੰਦ ਕਰੀਮ ਕੋਲੋਂ ਦੁਆਗੋ ਹਾਂ। ਅੱਲਾਹ ਤਾਲਾ ਹਮੇਸ਼ਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਖਾਸ ਤੌਰ 'ਤੇ ਮੇਰੇ ਉਹ ਓਵਰਸੀਜ਼ ਪਾਕਿਸਤਾਨੀ ਜਿਹੜੇ ਪਾਕਿਸਤਾਨ ਤੋਂ ਬਾਹਰ ਨੇ ਔਰ ਬਾਹਰ ਰਹਿ ਕੇ ਵੀ ਆਪਣੇ ਵਤਨ ਦੀ ਦਿਲ 'ਚ ਮੁਹੱਬਤ ਬੇਪਨਾਹ ਰੱਖਦੇ ਨੇ ਔਰ ਆਪਣੇ ਪਾਕਿਸਤਾਨੀਆਂ ਦਾ ਦਰਦ ਜਿਹੜਾ ਉਹ ਆਪਣੇ ਸੀਨੇ 'ਚ ਬੇਪਨਾਹ ਰੱਖਦੇ ਨੇ, ਉਹਨਾਂ ਵਾਸਤੇ ਸਪੈਸ਼ਲੀ ਮੇਰਾ ਸਲੂਟ ਹੈ। ਔਰ ਅੱਜ ਦਾ ਸ਼ੋਅ ਮੇਰਾ ਉਹਨਾਂ ਦਾ ਨਾਮ ਹੈ ਔਰ ਅਸੀਂ ਜੀ ਅੱਜ ਜਾਵਾਂਗੇ ਲਾਹੌਰ। ਲਾਹੌਰ ਜਾ ਕੇ ਜੀ ਅੱਜ ਇੱਕ ਦੋਸਤ ਸਾਡਾ ਇਲਿਆਸ ਭਾਈ ਹੈ, ਸਾਡਾ ਬਹੁਤ ਗਰੀਬ ਆਦਮੀ ਹੈ, ਡਿਜ਼ਰਵਿੰਗ ਹੈ ਔਰ ਉਹਦਾ ਛੱਤ ਮਕਾਨ ਦਾ ਜਿਹੜਾ, ਕਿਉਂਕਿ ਮੌਸਮ ਤੁਹਾਨੂੰ ਪਤਾ ਜੋ ਹਾਲਾਤ ਰਹੇ ਨੇ ਪੇਸ਼ੇ ਨਜ਼ਰ, ਉਹਦਾ ਛੱਤ ਜਿਹੜਾ ਵਿਚਾਰੇ ਦਾ ਡਿੱਗ ਪਿਆ ਔਰ ਅਸੀਂ ਜਾਵਾਂਗੇ ਔਰ ਦੇਖਾਂਗੇ ਕਿ ਉਹ ਵਾਕਈ ਡਿਜ਼ਰਵਿੰਗ ਹੈ ਔਰ ਉਹਦੇ ਵਾਸਤੇ ਕੀ ਪ੍ਰੋਬਲਮ ਨੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੇ ਕੁਝ ਮਸਾਇਲ ਨੇ ਉਹਨਾਂ 'ਚ ਆਸਾਨੀ ਹੋ ਸਕੇ, ਕਿਉਂਕਿ ਆਸਾਨੀਆਂ ਕਰਨ ਵਾਲਾ ਤਾਂ ਅੱਲਾਹ ਰੱਬੁਲ ਇੱਜ਼ਤ ਹੈ, ਲੇਕਿਨ ਅਸੀਂ ਚੂੰਕਿ ਸਾਡੀ ਜਿਹੜੀ ਖੁਦਾ ਨੇ ਡਿਊਟੀ ਲਾਈ ਹੈ ਬਤੌਰ ਪੋਸਟਮੈਨ, ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨੂੰ ਇਮਾਨਦਾਰੀ ਨਾਲ ਨਿਭਾ ਸਕੀਏ ਔਰ ਅਸੀਂ ਕਿਸੇ ਦੇ ਕੰਮ ਆ ਸਕੀਏ। ਅਤੇ ਜ਼ਿੰਦਗੀ 'ਚ ਉਹੀ ਟਾਈਮ ਅਜ਼ੀਮ ਹੈ ਜਿਹੜਾ ਕਿਸੇ ਵਾਸਤੇ ਜੀ ਲਈਏ, ਕਿਸੇ ਦੇ ਕੰਮ ਆ ਜਾਏ ਜਾਂ ਖੁਦਾ ਦੀ ਯਾਦ 'ਚ ਗੁਜ਼ਰ ਜਾਏ। ਔਰ ਬਸ ਅਸੀਂ ਇਸ ਸਫ਼ਰ ਦੀ ਤਰਫ ਰਵਾਂਦਾ ਵਾਵਾਂ ਅਤੇ ਆਓ ਚੱਲਦੇ ਹਾਂ ਲਾਹੌਰ। ਲਾਹੌਰ ਚੱਲ ਕੇ ਦੇਖਦੇ ਹਾਂ ਕਿ ਲਿਆਸ ਸਾਹਿਬ ਦਾ ਕੀ ਪ੍ਰੋਬਲਮ ਹੈ, ਕੀ ਮਾਮਲਾ ਹੈ, ਛੱਤ ਡਿੱਗੀ, ਉਹ ਛੱਤ ਕਿਸ ਤਰ੍ਹਾਂ ਬਣੇਗੀ, ਆਓ ਸਾਡੇ ਨਾਲ। ਨਹਮਦੁਹੂ ਵਸੱਲੀ ਅਲਾ ਰਸੂਲਿਲ ਕਰੀਮ, ਅਊਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਨਾਜ਼ਰੀਨ, ABHD ਚੈਨਲ ਵੱਲੋਂ ਤੁਹਾਨੂੰ ਸਭ ਨੂੰ ਅਸਲਾਮ ਅਲੈਕਮ। ਤੁਸੀਂ ਜਾਣਦੇ ਹੋ ਕਿ ਇਹ ਬਾਬਰ ਬੇਗ ਸਾਹਿਬ ਦਾ ਚੈਨਲ ਉਹ ਹੋਵੇ ਕਿ ਜਿੱਥੇ ਵੀ ਇਹਨਾਂ ਨੂੰ ਪਤਾ ਲੱਗੇ ਕੋਈ ਬੰਦਾ ਕਿਸੇ ਪਰੇਸ਼ਾਨੀ 'ਚ ਮੁਬਤਲਾ ਹੈ ਅਤੇ ABHD ਅਲਹਮਦੁਲਿਲਾ ਜਹਾਜ਼ ਦੀ ਪਰਵਾਜ਼ ਨਾਲ ਤੇਜ਼ ਉੱਥੇ ਪਹੁੰਚ ਜਾਂਦਾ। ਸਮਝ ਲਓ ਕਿ ਇਹ ਹਰ ਬੰਦੇ ਦੀ ਆਵਾਜ਼ ਹੈ ਇਹ ਚੈਨਲ, ਅਤੇ ਅੱਜ ਅਸੀਂ ਇੱਕ ਐਸੀ ਆਵਾਜ਼ ਤੁਹਾਨੂੰ ਸੁਣਾਵਾਂਗੇ ਜਿਹੜਾ ਬੱਚਾ ਤਕਰੀਬਨ 25 ਸਾਲ ਤੋਂ ਸਟੇਜ ਦੇ ਨਾਲ ਵਾਪਸਤਾ ਵੇ ਅਤੇ ਅੱਜ ਉਹ ਸਿਰਫ ਇਸ ਕਰਕੇ ਪਰੇਸ਼ਾਨ ਘਰ ਬੈਠਾ ਹੋਇਆ ਹੈ ਕਿ ਘਰ ਉਹਦਾ ਪੁਰਾਣਾ ਬਸੀਦਾ ਹੈ, ਬਲਕਿ 5 ਮਹੀਨੇ ਪਹਿਲੇ ਉਹਦੇ ਘਰ ਦੀ ਛੱਤ ਡਿੱਗ ਪਈ ਸੀ। ਅੱਲਾਹ ਤਾਲਾ ਨੇ ਉਹਦੀ ਜਾਨ ਬਖਸ਼ੀ, ਬਚਾਈ, ਉਹਦਾ ਬਾਜ਼ੂ ਟੁੱਟ ਗਿਆ, ਹੋਰ ਫ੍ਰੈਕਚਰ ਹੋਇਆ ਅਤੇ ਅੱਜ ਬਾਬਰ ਸਾਹਿਬ ਨੂੰ ਪਤਾ ਲੱਗਿਆ ਕਿ ਬਾਬਰ ਬੇਗ ਸਾਹਿਬ ਨੇ ਮੇਰੀ ਡਿਊਟੀ ਲਾਈ ਹੈ ਕਿ ਜ਼ਰਾ ਰਿਆਜ਼ ਸਾਹਿਬ ਨਾਲ ਗੱਲ ਕਰੀਏ। ਦੇਖੋ ਇਹ ਸਾਡੇ ਸਟੇਜ ਆਰਟਿਸਟ ਨੇ, ਮਾਸ਼ਾਅੱਲਾ, ਇਹਨਾਂ ਦਾ ਨਾਂ ਮੁਹੰਮਦ ਰਿਆਜ਼ ਹੈ।